ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੀ ਕੇ ਐਡਿਕਸ਼ਨ ਦਾ ਪਾਰਟ 7 ਅੱਜ, ਠੀਕ ਹੈ। ਇਸ ਤੋਂ ਪਹਿਲਾਂ ਪਰਸੋਂ ਮੈਂ ਪਾਰਟ 6 ਕਰਵਾਇਆ ਸੀਗਾ, ਤਾਂ ਪਾਰਟ 7 6 ਦੇ ਵਿੱਚ ਜਾਣੀ ਕਿ 2 ਕੁਸ਼ਚਨ ਰਹਿ ਗਏ ਸੀਗੇ, ਉਹਨਾਂ ਨੂੰ ਆਪਾਂ ਕੰਪਲੀਟ ਕਰਾਂਗੇ, ਠੀਕ ਹੈ। ਅਤੇ ਕਾਪੀ ਪੈੱਨ ਨਾਲ ਚੱਕ ਲਓ, ਜਿਵੇਂ ਕਿ ਤੁਹਾਨੂੰ ਪਤਾ ਕਿ ਮੈਂ ਉਹਨੂੰ ਇਲੈਬੋਰੇਟ ਕਰਦਾ ਹੁੰਦਾ ਕੋਈ ਵੀ ਟੋਪਿਕ ਅੱਜ, ਠੀਕ ਹੈ। ਤਾਂ ਹੁਣ PPSC ਦੇ ਐਡਮਿਟ ਕਾਰਡ ਵਗੈਰਾ ਆ ਗਏ ਆ, ਤੁਸੀਂ ਡਾਊਨਲੋਡ ਕਰ ਲਿਆ ਹੋਣਾ, ਤੁਹਾਨੂੰ ਪਤਾ ਲੱਗ ਗਿਆ ਹੋਣਾ, ਤੁਹਾਡੇ ਫੋਨ 'ਤੇ ਮੈਸੇਜ ਵੀ ਆਇਆ ਹੋਊਗਾ, ਠੀਕ ਹੈ। ਅਤੇ ਤੁਹਾਨੂੰ ਐਡਮਿਟ ਕਾਰਡ ਤੁਸੀਂ ਡਾਊਨਲੋਡ ਕਰ ਲਿਓ, ਠੀਕ ਹੈ। ਉਹਦੇ ਵਿੱਚ ਜੋ ਵੀ ਕੰਡੀਸ਼ਨਸ ਵਗੈਰਾ ਉਹਨਾਂ ਨੇ ਲਿਖੀਆਂ ਹੋਈਆਂ ਸਾਰੇ ਧਿਆਨ ਨਾਲ ਪੜ੍ਹ ਲਿਓ। ਅਤੇ ਵਿਸ਼ ਯੂ ਆਲ ਦਾ ਬੈਸਟ, ਸਾਰਿਆਂ ਨੂੰ ਬੈਸਟ ਆਫ ਲੱਕ ਹੈ ਕਿ ਤੁਸੀਂ ਵਧੀਆ ਪੇਪਰ ਦਿਓਗੇ। ਮੈਂ ਵੀਡੀਓ ਅਸਲ ਘੱਟ ਕਿਉਂ ਕਰ ਰਿਹਾ ਫਿਲਹਾਲ, ਕਿਉਂਕਿ ਹੁਣ ਟਾਈਮ ਵੀਡੀਓ ਦਾ ਰਿਹਾ ਹੀ ਨਹੀਂ, ਕਿਉਂਕਿ ਜੇ ਤੁਸੀਂ ਵੀਡੀਓ ਦੇਖਦੇ ਹੋ ਤਾਂ ਇੱਕ ਵੀਡੀਓ ਨੂੰ ਦੇਖਣ 'ਤੇ ਤੁਸੀਂ ਤਾਰੋਗੇ, ਲਿਖੋਗੇ ਸਾਰਾ ਕੁਛ। ਤਾਂ ਹੁਣ ਇਹ ਹਫ਼ਤਾ ਜਿਹੜਾ ਹੈਗਾ, ਇਹ ਤੁਹਾਡੀ ਰਿਵੀਜ਼ਨ ਦਾ ਹੋਣਾ ਚਾਹੀਦਾ, ਕੁਛ ਵੀ ਨਵਾਂ ਨਾ ਪੜੋ, ਠੀਕ ਹੈ। ਹੁਣ ਮੈਂ ਵੀਡੀਓ ਪਾ ਤਾਂ ਦਿੰਦਾ, ਠੀਕ ਹੈ, ਕਿਉਂਕਿ ਮੈਨੂੰ ਮੈਸੇਜ ਬਹੁਤ ਆ ਜਾਂਦਾ ਕਿ ਸਰ ਵੀਡੀਓ ਪਾਓ, ਵੀਡੀਓ ਪਾਓ। ਤੁਸੀਂ ਜਿੰਨਾ ਵੀ ਹੁਣ ਤੱਕ ਕੁਛ ਪੜ੍ਹ ਲਿਆ ਨਾ, ਵੀਡੀਓ ਤਾਂ ਮੈਂ ਪਾਉਂਦਾ ਰਹੂੰਗਾ, ਠੀਕ ਹੈ, ਵੀਡੀਓ ਮੈਂ ਪਾਊਂਗਾ, ਬਟ ਫਿਰ ਵੀ ਮੇਰੇ ਹਿਸਾਬ ਨਾਲ ਤੁਹਾਨੂੰ ਹੁਣ ਰਿਵੀਜ਼ਨ ਕਰਨ ਦਾ ਟਾਈਮ ਆ ਗਿਆ। ਰਿਵੀਜ਼ਨ ਕਰੋ ਜਿੰਨੀ ਰਿਵਾਈਜ਼ ਕਰ ਸਕਦੇ ਹੋ, ਜਿੰਨਾ ਕੁਛ ਪੜ੍ਹ ਲਿਆ ਤੁਸੀਂ, ਜਿੰਨਾ ਨਵਾਂ ਜਿੰਨਾ ਤੁਸੀਂ ਪੜ੍ਹਨਾ ਸੀ ਉਹ ਪੜ੍ਹ ਲਿਆ, ਹੁਣ ਨਵਾਂ ਪੜ੍ਹਨ ਦਾ ਕੋਈ ਫਾਇਦਾ ਨਹੀਂ। ਜੇ ਤੁਸੀਂ ਪੁਰਾਣਾ ਰਿਪੀਟ ਨਾ ਕਰਕੇ ਗਏ, ਤੁਸੀਂ ਨਵਾਂ ਪੜ੍ਹੀ ਗਏ ਤਾਂ ਨਵਾਂ ਵੀ ਯਾਦ ਨਹੀਂ ਹੋਣਾ, ਪੁਰਾਣਾ ਭੁੱਲ ਜਾਓਗੇ, ਠੀਕ ਹੈ ਨਾ। ਤਾਂ ਪੁਰਾਣਾ ਰਿਵਾਈਜ਼ ਕਰੋ ਜਿੰਨਾ ਰਿਵਾਈਜ਼ ਕਰ ਸਕਦੇ ਹੋ, ਪਲੀਜ਼, ਠੀਕ ਹੈ। ਇਹੀ ਮੇਰੀ ਸੁਜੈਸ਼ਨ ਹੈ, ਬਾਕੀ ਹੁਣ ਕੋਈ ਸਟ੍ਰੈਟਜੀ ਨਹੀਂ, ਕੋਈ ਪਲੈਨ ਨਹੀਂ, ਕੁਛ ਨਹੀਂ। ਜਿੰਨਾ ਤੁਸੀਂ ਪੜ੍ਹਨਾ ਸੀ ਪੜ੍ਹ ਲਿਆ, ਆਹ ਜਿਹੜੇ 6-7 ਦਿਨ ਰਹਿੰਦੇ ਆ, ਤੁਸੀਂ ਜਿੰਨਾ ਹੁਣ ਤੱਕ ਪੜ੍ਹਿਆ ਉਹ ਸਾਰਾ ਚੰਗੀ ਤਰ੍ਹਾਂ ਰਿਵਾਈਜ਼ ਕਰ ਜਾਓ, ਕੁਛ ਵੀ ਨਵਾਂ ਪੜ੍ਹਨ ਦੀ ਲੋੜ ਨਹੀਂ, ਠੀਕ ਹੈ। ਬਾਕੀ ਰੱਬ 'ਤੇ ਯਕੀਨ ਰੱਖੋ, ਆਪਣੀ ਮਿਹਨਤ 'ਤੇ ਯਕੀਨ ਰੱਖੋ, ਤੁਹਾਡਾ ਪੇਪਰ ਕਲੀਅਰ ਹੋ ਜਾਊਗਾ, ਠੀਕ ਹੈ। ਤਾਂ ਹਾਰਡਵਰਕ ਕਦੇ ਵੀ ਵਿਅਰਥ ਨਹੀਂ ਜਾਂਦਾ ਗਾ, ਠੀਕ ਹੈ। ਤਾਂ ਬਸ ਆਪਦਾ ਰਿਵੀਜ਼ਨ ਕਰਦੇ ਰਹੋ ਜਿੰਨੇ ਵੀ ਕਰ ਸਕਦੇ। ਚਲੋ, ਅਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਪਾਰਟ 7 ਆ। ਇਹਦੇ ਜਿਹੜੇ ਪਹਿਲੇ 2 ਕੁਸ਼ਚਨ ਹੋ ਗਏ ਸੀਗੇ, ਥਰਡ ਕੁਸ਼ਚਨ 'ਤੇ ਆਪਾਂ ਆਏ ਹਾਂ। ਤਾਂ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਪਾਰਟ 6 ਨਹੀਂ ਦੇਖਿਆ, ਉਹ ਪਹਿਲਾਂ ਪਾਰਟ 6 ਦੇਖ ਲੈਣ, ਉਸ ਤੋਂ ਬਾਅਦ ਸਾਰੇ ਜਿਨ੍ਹਾਂ ਨੇ ਹਜੇ ਤੱਕ ਹੋਰ ਪੇਪਰ ਵੀ ਦੇਣੇ ਹਨ ਤਾਂ ਉਹ ਦੇਖ ਲੈਣ। ਜੇ ਤੁਹਾਡੇ ਕੋਲ ਟਾਈਮ ਹੈਗਾ ਗਾ ਤਾਂ ਵੀ ਤੁਸੀਂ ਦੇਖ ਸਕਦੇ ਹੋ, ਟੈਲੀਗ੍ਰਾਮ ਗਰੁੱਪ ਆ, ਤੁਸੀਂ ਉਹ ਫਿਰ ਜੁਆਇਨ ਕਰ ਲਓ। ਉੱਥੇ PDF ਵਗੈਰਾ ਮੈਂ ਅਵੇਲੇਬਲ ਕਰਵਾ ਦਿੰਦਾ ਹੁੰਦਾ, ਮੋਸਟ ਇੰਪੋਰਟੈਂਟ ਕੁਸ਼ਚਨ ਅਵੇਲੇਬਲ ਕਰਵਾ ਦਿੰਦਾ ਹੁੰਦਾ, ਠੀਕ ਹੈ। ਫੇਸਬੁੱਕ 'ਤੇ ਕੋਈ ਵੀ ਆਪਦੀ ਪਰਸਨਲ ਕੁਆਇਰੀ ਵਗੈਰਾ ਪੁੱਛ ਸਕਦੇ ਹੋ, ਉਹਦਾ ਵੀ ਤੁਸੀਂ ਮੈਸੇਜ ਕਰ ਸਕਦੇ ਹੋ, ਉਹਦਾ ਵੀ ਲਿੰਕ ਆ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਊਗਾ। ਤਾਂ ਫਾਸਟੈਸਟ ਰੈਵੋਲਿਊਸ਼ਨ ਇਨ ਦਾ ਸੋਲਰ ਸਿਸਟਮ ਕਿਹਦੀ ਆ? ਤਾਂ ਇੱਕ ਰੈਵੋਲਿਊਸ਼ਨ ਹੁੰਦਾ ਗਾ, ਇੱਕ ਰੋਟੇਸ਼ਨ ਹੁੰਦਾ, ਅਤੇ ਕੁਸ਼ਚਨ ਸਿੱਧਾ ਸਿੱਧਾ ਬਣਦਾ ਗਾ, ਠੀਕ ਹੈ। ਇਨਵਾਇਰਮੈਂਟ ਨਾਲ ਰਿਲੇਟਡ, ਜਿਵੇਂ ਕਿ ਉਹਨਾਂ ਨੇ ਕਿਹਾ ਵੀ ਇਨਵਾਇਰਮੈਂਟ ਇਸ਼ੂਜ਼ ਜਾਂ ਜੀਓਗ੍ਰਾਫੀ ਦਾ ਪਾਰਟ ਆ ਜਿਹੜਾ, ਉਹਦੇ ਵਿੱਚ ਕੁਸ਼ਚਨ ਬਣ ਸਕਦਾ ਕਿ PPSC ਦੇ ਵਿੱਚ ਆ ਸਕਦਾ, ਨਹੀਂ ਵੇਰੀਅਸ ਐਗਜ਼ਾਮਸ ਦੇ ਵਿੱਚ ਇਹ ਪੁੱਛਿਆ ਜਾਂਦਾ, ਠੀਕ ਹੈ। ਤਾਂ ਫਾਸਟੈਸਟ ਰੈਵੋਲਿਊਸ਼ਨ ਜਿਹੜਾ ਹੈਗਾ ਗਾ ਉਹ ਮਰਕਰੀ ਦਾ, ਠੀਕ ਹੈ। ਰੈਵੋਲਿਊਸ਼ਨ ਹੁੰਦਾ, ਇੱਕ ਰੋਟੇਸ਼ਨ ਹੁੰਦਾ। ਰੋਟੇਸ਼ਨ ਦੀ ਗੱਲ ਕਰੀ ਜਾਵੇ ਤਾਂ ਰੋਟੇਸ਼ਨ ਜਿਹੜਾ ਫਾਸਟੈਸਟ ਹੁੰਦਾ ਗਾ ਉਹ ਹੁੰਦਾ ਜੁਪੀਟਰ ਦਾ, ਠੀਕ ਹੈ, ਇਹ ਤੁਸੀਂ ਯਾਦ ਕਰ ਲਿਓ। ਜੇ ਰੋਟੇਸ਼ਨ ਦੀ ਗੱਲ ਕਰੀ ਜਾਵੇ ਤਾਂ ਰੋਟੇਸ਼ਨ ਜਿਹੜਾ ਫਾਸਟੈਸਟ ਹੁੰਦਾ ਉਹ ਜੁਪੀਟਰ ਦਾ ਹੁੰਦਾ, ਠੀਕ ਹੈ। ਹੁਣ ਅੱਡ ਅੱਡ ਟਾਈਟਲ ਆ ਜਿਹੜੇ ਕਿ ਅੱਡ ਅੱਡ ਗ੍ਰਹਿ, ਉਹਨਾਂ ਨੂੰ ਅੱਡ ਟਾਈਟਲ ਵਗੈਰਾ ਦਿੱਤਾ ਜਾਂਦਾ ਗਾ, ਉਹਨਾਂ ਤੋਂ ਬੇਸਿਕਲੀ ਵਨ ਲਾਈਨਰ ਕੁਸ਼ਚਨ ਬਣਦਾ ਗਾ। ਉਹ ਸਾਰੇ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਵਾਰੀ, ਜਿੰਨੇ ਵੀ ਮੈਕਸੀਮਮ ਬਣਦੇ, ਠੀਕ ਹੈ, ਉਹ ਇੱਕ ਥਾਂ 'ਤੇ ਤੁਸੀਂ ਉਤਾਰ ਲਿਓ। ਤਾਂ ਮੈਂ ਸ਼ੁਰੂ ਤੋਂ ਗੱਲ ਕਰਾਂ, ਤਾਂ ਜੇ ਆਪਾਂ ਬਿਗੈਸਟ ਪਲੈਨਟ ਦੀ ਗੱਲ ਕਰੀਏ ਤਾਂ ਬਿਗੈਸਟ ਜਿਹੜਾ ਪਲੈਨਟ ਹੈ ਉਹ ਸਾਰਿਆਂ ਨੂੰ ਪਤਾ ਹੀ ਹੋਊਗਾ, ਬਿਗੈਸਟ ਪਲੈਨਟ ਆਪਣਾ ਹੈਗਾ ਉਹ ਜੁਪੀਟਰ ਹੈ, ਠੀਕ ਹੈ, ਜੁਪੀਟਰ। ਤਾਂ ਜਿਹੜਾ ਜੁਪੀਟਰ ਉਹ ਬਿਗੈਸਟ ਪਲੈਨਟ ਦੇ ਵਿੱਚ ਆ ਜਾਂਦਾ ਗਾ, ਠੀਕ ਹੈ। ਅਤੇ ਜੇ ਬਿਗੈਸਟ ਸੈਟੇਲਾਈਟ ਦੀ ਗੱਲ ਕਰੀਏ ਤਾਂ ਬਿਗੈਸਟ ਜਿਹੜਾ ਸੈਟੇਲਾਈਟ ਆ ਉਹ ਕਿਹੜੇ ਪਲੈਨਟ 'ਤੇ, ਪਹਿਲੀ ਗੱਲ ਤਾਂ ਇਹ ਕੁਸ਼ਚਨ ਬਣ ਜਾਂਦਾ, ਉਹ ਜੁਪੀਟਰ ਪਲੈਨਟ 'ਤੇ ਹੀ ਹੈ, ਠੀਕ ਹੈ। ਤਾਂ ਉਹਦਾ ਨਾਮ ਕੀ ਹੈ? ਉਹਦਾ ਨਾਮ ਹੈਗਾ ਗੈਨੀਮਾਈਡ, ਠੀਕ ਹੈ। ਤਾਂ ਬਿਗੈਸਟ ਇਹ ਸੈਟੇਲਾਈਟ, ਜਿਵੇਂ ਆਪਣੀ ਧਰਤੀ ਦਾ ਸੈਟੇਲਾਈਟ ਚੰਦਰਮਾ ਨੂੰ ਆਪਾਂ ਕਹਿੰਦੇ ਹਾਂ, ਠੀਕ ਹੈ, ਮੂਨ, ਉਵੇਂ ਚੰਦਰਮਾ ਜਿਹੜਾ ਜੁਪੀਟਰ ਦਾ ਚੰਦਰਮਾ ਇੱਕ, ਠੀਕ ਹੈ, ਜਿਹੜਾ ਕਿ ਜਿਵੇਂ ਆਪਾਂ ਮੂਨ ਚੰਦਰਮਾ ਕਹਿ ਦਿੰਦੇ ਹਾਂ, ਤਾਂ ਉਵੇਂ ਹੀ ਸੈਟੇਲਾਈਟ ਹੈ ਬੇਸਿਕਲੀ। ਇਹਨਾਂ ਨੂੰ ਸੈਟੇਲਾਈਟ ਕਹਿੰਦੇ ਹਾਂ ਆਪਾਂ ਜੀਓਗ੍ਰਾਫੀਕਲ ਟਰਮ ਦੇ ਵਿੱਚ, ਠੀਕ ਹੈ। ਤਾਂ ਬਿਗੈਸਟ ਸੈਟੇਲਾਈਟ ਜਿਹੜਾ ਹੈਗਾ ਗਾ ਓਵਰਆਲ ਸੋਲਰ ਸਿਸਟਮ ਦੇ ਵਿੱਚ ਉਹ ਹੈਗਾ ਗੈਨੀਮਾਈਡ। ਜੇ ਪਰਟੀਕੁਲਰ ਪਲੈਨਟ ਦਾ ਨਾਮ ਪੁੱਛ ਲਿਆ ਜਾਵੇ ਵੀ ਗੈਨੀਮਾਈਡ ਕਿਹਦਾ ਸੈਟੇਲਾਈਟ ਆ, ਤਾਂ ਉਹ ਜੁਪੀਟਰ ਦਾ ਸੈਟੇਲਾਈਟ ਆ, ਤਾਂ ਗੈਨੀਮਾਈਡ, ਠੀਕ ਹੈ। ਤਾਂ ਇਹ ਕੁਸ਼ਚਨ ਬਣ ਜਾਂਦਾ ਹੁੰਦਾ। ਅੱਛਾ, ਆਪਣੀ ਅਰਥ ਨੂੰ ਕੀ ਕਿਹਾ ਜਾਂਦਾ ਗਾ? ਆਪਣੀ ਅਰਥ ਨੂੰ ਜਾਣਿਆ ਜਾਂਦਾ ਬਲੂ ਪਲੈਨਟ ਨਾਲ। ਬਲੂ ਪਲੈਨਟ ਕਿਉਂ? ਕਿਉਂਕਿ ਇੱਥੇ ਪਾਣੀ ਜ਼ਿਆਦਾ, 70% ਪਾਣੀ ਹੈ ਨਾ, ਤਾਂ ਅਰਥ ਨੂੰ ਕਹਿੰਦੇ ਬਲੂ ਪਲੈਨਟ, ਠੀਕ ਹੈ। ਇਹ ਕੁਸ਼ਚਨ ਸਿੱਧਾ ਪੁੱਛ ਲਿਆ ਜਾਂਦਾ ਹੁੰਦਾ, ਠੀਕ ਹੈ। ਬ੍ਰਾਈਟੈਸਟ ਪਲੈਨਟ ਦੀ ਗੱਲ ਕਰੀ ਜਾਵੇ, ਬ੍ਰਾਈਟੈਸਟ ਪਲੈਨਟ, ਬ੍ਰਾਈਟੈਸਟ ਜਿਹੜਾ ਚਮਕਦਾ ਜ਼ਿਆਦਾ, ਬ੍ਰਾਈਟੈਸਟ ਪਲੈਨਟ, ਇਹ ਆਪਾਂ ਵੀਨਸ ਨੂੰ ਕਹਿੰਦੇ ਹਾਂ, ਵੀਨਸ ਨੂੰ, ਠੀਕ ਹੈ। ਵੀਨਸ ਜਿਹੜਾ ਦੂਜਾ ਗ੍ਰਹਿ ਆਪਣਾ, ਵੀਨਸ ਨੂੰ ਬ੍ਰਾਈਟੈਸਟ ਪਲੈਨਟ ਕਿਉਂ ਕਹਿੰਦੇ ਹਾਂ? ਕਿਉਂਕਿ ਮੈਕਸੀਮਮ ਟੈਂਪਰੇਚਰ ਜਿਹੜਾ ਹੈਗਾ ਗਾ ਉਹ ਵੀਨਸ 'ਤੇ ਹੈ, ਲਗਭਗ ਇੱਥੇ 95% ਯਾਨੀ ਕਿ ਕਾਰਬਨ ਡਾਈਆਕਸਾਈਡ ਹੈ, ਠੀਕ ਹੈ। ਤਾਂ ਉਸ ਕਾਰਬਨ ਡਾਈਆਕਸਾਈਡ ਕਰਕੇ ਯਾਨੀ ਕਿ ਇੱਥੇ ਟੈਂਪਰੇਚਰ ਮੈਕਸੀਮਮ ਹੈ, ਇੰਨਾ ਜ਼ਿਆਦਾ ਟੈਂਪਰੇਚਰ ਮੈਕਸੀਮਮ ਆ ਕਿ ਇਹ ਦਿਨੇ ਵੀ ਦਿਖਾਈ ਦਿੰਦਾ ਆਪਾਂ ਨੂੰ। ਕਈ ਵਾਰੀ ਸ਼ਾਮ ਨੂੰ ਤੁਸੀਂ ਦੇਖਿਓ 5-6 ਵਜੇ ਤੁਹਾਨੂੰ ਇੱਕ ਤਾਰਾ ਬਹੁਤ ਚਮਕਦਾ ਦਿਖਦਾ ਹੋਊਗਾ, ਉਹ ਤੋਂ ਵੀਨਸ ਹੀ ਹੁੰਦਾ ਗਾ,
ਮੋਰਨਿੰਗ ਸਟਾਰ ਵੀ ਕਹਿ ਸਕਦੇ ਹੋ ਤੁਸੀਂ, ਈਵਨਿੰਗ ਸਟਾਰ ਵੀ ਕਹਿ ਸਕਦੇ ਹੋ, ਯਾਨੀ ਕਿ ਮੋਰਨਿੰਗ ਸਟਾਰ, ਈਵਨਿੰਗ ਸਟਾਰ, ਬ੍ਰਾਈਟੈਸਟ ਸਟਾਰ ਕਿਹੜਾ? ਵੀਨਸ ਆ, ਠੀਕ ਹੈ, ਮੋਰਨਿੰਗ ਸਟਾਰ, ਈਵਨਿੰਗ ਸਟਾਰ, ਬ੍ਰਾਈਟੈਸਟ ਸਟਾਰ, ਠੀਕ ਹੈ, ਅਤੇ ਟੈਂਪਰੇਚਰ ਮੈਕਸੀਮਮ ਵੀ ਇੱਥੇ ਹੀ ਆ, ਠੀਕ ਹੈ, ਤਾਂ ਇਹ ਵੀਨਸ ਹੋ ਗਿਆ। ਇਸ ਤੋਂ ਬਾਅਦ ਗ੍ਰੀਨ ਪਲੈਨਟ ਦੀ ਗੱਲ ਕਰੀ ਜਾਵੇ ਤਾਂ ਗ੍ਰੀਨ ਪਲੈਨਟ ਜਿਹੜਾ ਉਹ ਯੂਰੇਨਸ ਹੈ, ਇੱਥੇ ਮਿਥੇਨ ਗੈਸ ਜ਼ਿਆਦਾ ਹੁੰਦੀ ਹੈ, ਠੀਕ ਹੈ, ਉਸੇ ਕਰਕੇ ਇਹਨੂੰ ਗ੍ਰੀਨ ਪਲੈਨਟ ਕਿਹਾ ਜਾਂਦਾ ਹੈਗਾ। ਗ੍ਰੀਨ ਪਲੈਨਟ ਕਿਹਨੂੰ ਕਿਹਾ ਜਾਂਦਾ? ਯੂਰੇਨਸ ਨੂੰ, ਠੀਕ ਹੈ। ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਆਊਟਰ, ਜੇ ਗੱਲ ਕਰਾਂ ਆਊਟਰ ਦੀ, ਆਊਟਰ ਸੋਲਰ ਸਿਸਟਮ ਦੀ, ਹੈ ਨਾ, ਆਊਟਸਾਈਡ ਸੋਲਰ ਸਿਸਟਮ, ਆਊਟਸਾਈਡ ਸੋਲਰ ਸਿਸਟਮ ਵੀ ਬ੍ਰਾਈਟੈਸਟ ਇੱਕ ਪਲੈਨਟ, ਸੋਰੀ, ਬ੍ਰਾਈਟੈਸਟ ਪਲੈਨਟ ਹੀ ਕਿਹਾ ਜਾਂਦਾ ਉਹਨੂੰ, ਖੈਰ, ਹਾਲਾਂਕਿ ਉਹਦੇ ਵਿੱਚ ਪਲੈਨਟਾਂ ਦੇ ਵਿੱਚ ਇਹ ਆਉਂਦਾ ਨਹੀਂ, ਬਟ ਸੋਲਰ ਸਿਸਟਮ ਤੋਂ ਆਊਟਸਾਈਡ ਇੱਕ ਪਲੈਨਟ ਮੰਨਿਆ ਜਾਂਦਾ ਹੈਗਾ ਬ੍ਰਾਈਟੈਸਟ ਪਲੈਨਟ। ਉਹ ਕਿਹਨੂੰ ਕਹਿੰਦੇ? ਕੁਸ਼ਚਨ ਆ ਜਾਂਦਾ ਉਹਦਾ ਤਾਂ ਦੱਸ ਰਿਹਾ, ਤਾਂ ਉਹ ਹੈਗਾ ਸੀਰੀਅਸ, ਸੀਰੀਅਸ ਕਹਿ ਦਿੰਦਾ, ਸੀਰੀਅਸ, ਠੀਕ ਹੈ, ਸੀਰੀਅਸ, ਇਹਨੂੰ ਬਸ ਐਂ ਗੱਲ ਵੀ ਸੀਰੀਅਸ ਸੀ ਉਹ, ਬਹੁਤ ਬ੍ਰਾਈਟੈਸਟ ਹੈ ਨਾ, ਜਿਵੇਂ ਸੀਰੀਅਸ ਸਟੂਡੈਂਟ ਹੁੰਦੇ ਬ੍ਰਾਈਟੈਸਟ ਹੁੰਦੇ, ਹੈ ਨਾ, ਉਹ ਕਲਾਸ ਦੇ ਵਿੱਚ ਉਵੇਂ ਯਾਦ ਕਰ ਲੈਣ, ਸੀਰੀਜ਼ ਹੈ, ਠੀਕ ਹੈ, ਸੀਰੀਜ਼, ਇਹਨੂੰ ਡੋਗ ਸਟਾਰ ਵੀ ਕਿਹਾ ਜਾਂਦਾ, ਸੀਰੀਜ਼ ਨੂੰ ਡੋਗ ਸਟਾਰ ਵੀ ਕਿਹਾ ਜਾਂਦਾ। ਦੁਬਾਰਾ ਲਿਖ ਦਿੰਦਾ ਮੈਂ ਕਿ ਕੁਸ਼ਚਨ ਆ ਜਾਂਦਾ ਬ੍ਰਾਈਟੈਸਟ ਪਲੈਨਟ ਆਊਟਸਾਈਡ ਸੋਲਰ ਸਿਸਟਮ, ਤਾਂ ਉਹ ਕੀ ਹੈ? ਸੀਰੀਜ਼, ਇਹਨੂੰ ਡੋਗ ਸਟਾਰ ਵੀ ਕਿਹਾ ਜਾਂਦਾ, ਡੋਗ ਸਟਾਰ, ਐੱਸ ਆਈ ਆਰ ਆਈ ਯੂ ਐੱਸ, ਠੀਕ ਹੈ, ਐੱਸ ਆਈ ਆਰ ਆਈ ਯੂ ਐੱਸ, ਇਹਨੂੰ ਡੋਗ ਸਟਾਰ ਵੀ ਕਿਹਾ ਜਾਂਦਾ। ਇਹ ਕੁਸ਼ਚਨ ਸਿੱਧਾ ਸਿੱਧਾ ਬਣ ਜਾਂਦਾ, ਠੀਕ ਹੈ, ਇਹ ਵੀ ਤੁਸੀਂ ਨੋਟ ਕਰ ਲਓ। ਹੋਰ ਜੇ ਆਪਾਂ ਗੱਲ ਕਰੀਏ ਤਾਂ ਕਲੋਜੈਸਟ ਜਿਹੜਾ ਆਪਣੇ ਸੋਲਰ ਸਿਸਟਮ ਦੇ ਸਟਾਰ ਹੈ, ਠੀਕ ਹੈ, ਕਲੋਜੈਸਟ, ਕਲੋਜੈਸਟ ਸਟਾਰ ਟੂ ਸੋਲਰ ਸਿਸਟਮ, ਸੋਲਰ ਸਿਸਟਮ, ਤਾਂ ਆਪਣੇ ਸੋਲਰ ਸਿਸਟਮ ਦੇ ਜਿਹੜਾ ਕਲੋਜੈਸਟ ਸਟਾਰ ਆ ਉਹ ਕਿਹੜਾ ਗਾ? ਪ੍ਰੋਕਸੀਮਾ ਸੈਂਚਰੀ। ਇਹ ਕੁਸ਼ਚਨ ਬਹੁਤ ਵਾਰੀ ਰਿਪੀਟ ਹੁੰਦਾ ਗਾ, ਤਾਂ ਕੀ ਹੈ? ਪ੍ਰੋਕਸੀਮਾ ਸੈਂਚੁਰੀ, ਠੀਕ ਹੈ, ਤਾਂ ਪ੍ਰੋਕਸੀਮਾ ਸੈਂਚਰੀ ਹੈ ਜਿਹੜਾ ਕਲੋਜੈਸਟ ਆਪਣੇ ਸਟਾਰ, ਠੀਕ ਹੈ। ਜੇ ਕੋਲਡੈਸਟ ਦੀ ਗੱਲ ਕਰੀ ਜਾਵੇ, ਕੋਲਡੈਸਟ, ਤਾਂ ਕੋਲਡੈਸਟ ਜਿਹੜਾ ਹੈਗਾ ਗਾ ਉਹ ਜਿਹੜਾ ਆਖਿਰ 'ਚ ਹੋਊਗਾ, ਠੀਕ ਹੈ, ਨੈਪਚੂਨ, ਅਤੇ ਹੋਟੈਸਟ ਕਿਹੜਾ ਗਾ? ਉਹ ਵੀਨਸ, ਤੁਹਾਨੂੰ ਮੈਂ ਦੱਸ ਹੀ ਦਿੱਤਾ, ਜਿਹੜਾ ਕਿ ਬ੍ਰਾਈਟੈਸਟ ਹੈ। ਕਈ ਵਾਰੀ ਨਾ ਆਪਾਂ ਭੁਲੇਖਾ ਖਾ ਜਾਂਦੇ ਕਿ ਮਰਕਰੀ ਜਿਹੜਾ ਉਹ ਹੋਟੈਸਟ ਹੋਊਗਾ ਕਿਉਂਕਿ ਸਨ ਦੇ ਉਹ ਨੇੜੇ ਆ, ਠੀਕ ਹੈ, ਬਟ ਉਹ ਸਨ ਦੇ ਨੇੜੇ ਤਾਂ ਹੈਗਾ, ਬਟ ਉੱਥੇ ਜਿਹੜਾ ਟੈਂਪਰੇਚਰ ਉਹ ਵੀਨਸ ਨਾਲੋਂ ਘੱਟ ਹੈ। ਵੀਨਸ ਹਾਲਾਂਕਿ ਦੂਜੇ ਨੰਬਰ 'ਤੇ ਆਉਂਦਾ, ਬਟ ਵੀਨਸ ਆ ਜਿਹੜਾ ਵੀਨਸ ਉਹ ਟੈਂਪਰੇਚਰ ਉਹਦਾ ਹਾਈ ਹੋਣ ਕਰਕੇ, ਯਾਨੀ ਕਿ ਉਹ ਮੈਕਸੀਮਮ ਉਹਦੇ ਵਿੱਚ ਗਰਮੀ ਹੁੰਦੀ, ਹੋਟੈਸਟ ਉਹਨੂੰ ਕਿਹਾ ਜਾਂਦਾ, ਅਤੇ ਹੋਟੈਸਟ ਆਪਾਂ ਕਿਹਨੂੰ ਕਹਾਂਗੇ? ਵੀਨਸ ਨੂੰ, ਠੀਕ ਹੈ, ਤਾਂ ਮੋਰਨਿੰਗ ਈਵਨਿੰਗ ਵੀ ਉਸੇ ਨੂੰ ਕਹਿੰਦੇ ਆ। ਕੋਲਡੈਸਟ ਜਿਹੜਾ ਹੋ ਗਿਆ ਉਹ ਨੈਪਚੂਨ ਹੋ ਗਿਆ, ਠੀਕ ਹੈ। ਇਸ ਤੋਂ ਬਾਅਦ ਜੇ ਗੱਲ ਕਰੀਏ ਨੰਬਰ ਆਫ ਸੈਟੇਲਾਈਟਸ ਦੀ, ਜਿਵੇਂ ਆਪਾਂ ਜੁਪੀਟਰ 'ਚ ਪੜਿਆ ਸੀਗਾ ਵੀ ਲਾਰਜੈਸਟ ਸੈਟੇਲਾਈਟ ਆ, ਤਾਂ ਨੰਬਰ ਆਫ ਸੈਟੇਲਾਈਟ ਜਿਹਦੇ 'ਚ ਮੈਕਸੀਮਮ ਆ, ਠੀਕ ਹੈ, ਮੈਕਸੀਮਮ ਨੰਬਰ ਆਫ ਸੈਟੇਲਾਈਟਸ, ਵੀ ਜਿਹਦੇ ਬਹੁਤ ਸੈਟੇਲਾਈਟ, ਜਿਵੇਂ ਆਪਣੀ ਧਰਤੀ 'ਤੇ ਇੱਕ ਹੀ ਆ ਚੰਦਰਮਾ, ਹੈ ਨਾ, ਮਰਕਰੀ 'ਤੇ ਕੋਈ ਵੀ ਹੈ ਨਹੀਂ, ਵੀਨਸ 'ਤੇ ਕੋਈ ਵੀ ਹੈ ਨਹੀਂ, ਉਵੇਂ ਨੰਬਰ ਆਫ ਸੈਟੇਲਾਈਟ ਆ ਜਿਹੜੇ ਮੈਕਸੀਮਮ ਕੀਤੇ ਆ ਉਹ ਸੈਟਰਨ 'ਤੇ ਆ, ਠੀਕ ਹੈ, ਸੈਟਰਨ, ਸੈਚੁਰਨ ਵੀ ਕਹਿੰਦੇ ਉਹਨੂੰ, ਸੈਟਰਨ 'ਤੇ ਆ, ਠੀਕ ਹੈ, ਨੰਬਰ ਆਫ ਸੈਟੇਲਾਈਟ ਜਿਹੜੇ ਮੈਕਸੀਮਮ ਉਹ ਸੈਟਰਨ 'ਤੇ ਆ, ਠੀਕ ਹੈ। ਫਾਸਟੈਸਟ ਰੈਵੋਲਿਊਸ਼ਨ ਦੀ ਆਪਾਂ ਗੱਲ ਕਰ ਹੀ ਲਈ, ਠੀਕ ਹੈ, ਫਾਸਟੈਸਟ ਰੈਵੋਲਿਊਸ਼ਨ ਹੋ ਗਿਆ ਮਰਕਰੀ ਦਾ ਹੋ ਗਿਆ, ਠੀਕ ਹੈ, ਹੋਟੈਸਟ ਪਲੈਨਟ ਹੋ ਗਿਆ, ਵੀਨਸ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਅਰਥ ਨੂੰ ਆਪਾਂ ਬਲਿਊ ਪਲੈਨਟ ਕਹਿੰਦੇ ਹਾਂ, ਇਹ ਆਪਾਂ ਪੜ੍ਹ ਰਹੇ, ਅਤੇ ਡੈਨੈਸਟ ਪਲੈਨਟ ਵੀ ਕਹਿੰਦੇ ਆਪਾਂ ਨੂੰ, ਡੈਂਸੈਸਟ, ਠੀਕ ਹੈ, ਡੈਂਸ, ਯਾਨੀ ਕਿ ਡੈਂਸ ਜਿਹੜਾ ਕਿ ਜਿਹਨੂੰ ਕੋਈ ਕਹਿੰਦੇ ਹੁੰਦੇ ਆਪਾਂ, ਡੈਂਸ ਨੂੰ ਹੁਣ ਪੰਜਾਬੀ 'ਚ ਕੀ ਕਹਾਂਗੇ ਆਪਾਂ, ਠੀਕ ਹੈ, ਹੁਣ ਦੇਖ ਲਓ ਪੰਜਾਬੀ 'ਚ, ਮੈਨੂੰ ਪਰਟੀਕੁਲਰ ਵਰਡ ਹੀ ਨਹੀਂ ਯਾਦ ਰਿਹਾ ਕਿ ਡੈਂਸ ਨੂੰ ਕੀ ਕਹਾਂਗਾ, ਠੀਕ ਹੈ। ਡੈਂਸਟੀ ਜਿਹੜੀ ਵੱਧ ਆ ਉਹ ਹੈਗੀ ਅਰਥ ਦੀ, ਠੀਕ ਹੈ, ਠੀਕ ਹੈ, ਤਾਂ ਡੈਂਸਟੀ ਜਿਹੜੀ ਵੱਧ ਹੈਗੀ ਉਹ ਅਰਥ ਦੀ ਹੈ, ਠੀਕ ਹੈ। ਡੈਂਸੈਸਟ ਪਲੈਨਟ ਵੀ ਇਹਨੂੰ ਕਹਿੰਦੇ ਆਪਾਂ। ਜੇ ਫਾਸਟੈਸਟ ਰੋਟੇਸ਼ਨ ਦੀ ਗੱਲ ਕਰੀ ਜਾਵੇ ਤਾਂ ਰੋਟੇਸ਼ਨ ਕਿਹਦੀ ਹੋਊਗੀ? ਤੁਹਾਡੀ ਇਹਦੀ ਜੁਪੀਟਰ ਦੀ ਹੋਊਗੀ, ਠੀਕ ਹੈ। ਮੋਰਨਿੰਗ ਸਟਾਰ ਆਪਾਂ ਵੀਨਸ ਨੂੰ ਕਹਿੰਦੇ ਹਾਂ। ਨੀਅਰੈਸਟ ਪਲੈਨਟ ਟੂ ਅਰਥ ਆ ਜਿਹੜਾ, ਨੀਅਰੈਸਟ ਪਲੈਨਟ ਟੂ ਅਰਥ, ਜਿਵੇਂ ਹੁਣ ਅਰਥ ਆਹ ਪਲੈਨਟ ਆਪਣਾ ਅਰਥ ਹੋ ਗਿਆ, ਇੱਧਰ ਤੁਹਾਡਾ ਹੋ ਗਿਆ ਮਾਰਸ, ਅਤੇ ਇੱਧਰ ਤੁਹਾਡੀ ਆ ਗਈ ਵੀਨਸ, ਠੀਕ ਹੈ, ਤਾਂ ਤੀਜੇ ਨੰਬਰ 'ਤੇ। ਹੁਣ ਇਹਨਾਂ ਦੋਨਾਂ 'ਚੋਂ ਨੇੜੇ ਕਿਹਦੇ ਆ? ਵੀਨਸ ਦੇ ਨੇੜੇ ਆ ਜਾਂ ਮਾਰਸ ਦੇ ਨੇੜੇ ਆ? ਤਾਂ ਵੀਨਸ ਦੇ ਨੇੜੇ ਆ, ਠੀਕ ਹੈ, ਵੀਨਸ ਦੇ ਨੇੜੇ ਆ ਅਰਥ ਆਪਣੇ। ਤਾਂ ਕਈ ਵਾਰੀ ਕੁਸ਼ਚਨ ਪੁੱਛ ਲਿਆ ਜਾਂਦਾ ਕਿ ਅਰਥ ਕਿਹਦੇ ਨੇੜੇ ਆ? ਵੀਨਸ ਦੇ ਨੇੜੇ, ਵਿਚਾਲੇ ਹੈਗੀ ਆ ਵੀਨਸ ਅਤੇ ਮਾਰਸ ਦੇ, ਬਟ ਨੇੜੇ ਕਿਹਦੇ ਆ? ਵੀਨਸ ਦੇ, ਠੀਕ ਹੈ। ਤਾਂ ਵੀਨਸ ਨੂੰ ਅਰਥ ਦੀ ਭੈਣ ਵੀ ਕਿਹਾ ਜਾਂਦਾ, ਸਿਸਟਰ ਵੀ ਕਿਹਾ ਜਾਂਦਾ ਆ ਵੀਨਸ ਨੂੰ, ਠੀਕ ਹੈ, ਕਿਉਂਕਿ ਇਹਦਾ ਸਾਈਜ਼ ਵੀ ਲਗਭਗ ਅਰਥ ਦੀ ਤਰ੍ਹਾਂ, ਠੀਕ ਹੈ, ਤਾਂ ਇਹ ਵੀ ਤੁਸੀਂ ਯਾਦ ਕਰ ਲਿਓ, ਠੀਕ ਹੈ। ਤਾਂ ਨੀਅਰੈਸਟ ਪਲੈਨਟ ਟੂ ਅਰਥ ਆ ਜਿਹੜਾ ਉਹ ਵੀਨਸ ਆ, ਠੀਕ ਹੈ। ਨੀਅਰੈਸਟ ਪਲੈਨਟ ਟੂ ਸਨ ਦੀ ਗੱਲ ਕਰੀ ਜਾਵੇ ਤਾਂ ਸਨ ਦੇ ਨੇੜੇ ਕਿਉਂ ਨਾ ਮਰਕਰੀ ਆ, ਠੀਕ ਹੈ, ਤਾਂ ਇਹ ਤੋਂ ਬਾਅਦ ਸਣ ਆ ਜਾਂਦਾ, ਠੀਕ ਹੈ, ਸਣ ਦੇ ਨੇੜੇ ਮਰਕਰੀ ਆ, ਠੀਕ ਹੈ। ਅੱਛਾ, ਮਾਰਸ ਨੂੰ ਕੀ ਕਿਹਾ ਜਾਂਦਾ? ਰੈੱਡ ਪਲੈਨਟ ਵੀ ਕਿਹਾ ਜਾਂਦਾ ਮਾਰਸ ਨੂੰ, ਕਿਉਂ? ਕਿਉਂਕਿ ਇੱਥੇ ਆਇਰਨ ਜ਼ਿਆਦਾ ਆ, ਠੀਕ ਹੈ, ਆਇਰਨ ਕਰਕੇ ਇਹਨੂੰ ਮਾਰਸ ਨੂੰ ਰੈੱਡ ਪਲੈਨਟ ਕਿਹਾ ਜਾਂਦਾ, ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ ਗਾ, ਠੀਕ ਹੈ, ਮਾਰਸ ਨੂੰ। ਅੱਛਾ, ਜੇ ਆਪਾਂ ਹੁਣ ਫਾਸਟੈਸਟ ਰੈਵੋਲਿਊਸ਼ਨ ਦੀ ਗੱਲ ਕਰ ਲਈ
ਤਾਂ ਸਲੋਐਸਟ ਰੈਵੋਲਿਊਸ਼ਨ ਦੀ ਵੀ ਗੱਲ ਕਰ ਲਓ, ਠੀਕ ਹੈ ਵੀ ਸਲੋਐਸਟ ਰੈਵੋਲਿਊਸ਼ਨ ਕਿਹਦੀ ਹੈ, ਤਾਂ ਸਲੋਐਸਟ ਰੈਵੋਲਿਊਸ਼ਨ ਹੈਗੀ ਜਿਹੜਾ ਲਾਸਟ 'ਚ ਹੈ ਨੈਪਚੂਨ, ਠੀਕ ਹੈ। ਮਰਕਰੀ ਸ਼ੁਰੂ 'ਚ ਹੋ ਗਿਆ, ਸ਼ੁਰੂ 'ਚ ਫਾਸਟੈਸਟ ਹੋ ਗਈ, ਐਂਡ 'ਤੇ ਸਲੋਐਸਟ ਹੋ ਗਈ, ਯਾਨੀ ਕਿ ਸਲੋਐਸਟ ਰੈਵੋਲਿਊਸ਼ਨ ਜਿਹੜੀ ਹੋ ਗਈ ਉਹ ਨੈਪਚੂਨ ਦੀ ਹੋ ਗਈ। ਸਲੋਐਸਟ ਜਿਵੇਂ ਕਿ ਆਪਾਂ ਰੋਟੇਸ਼ਨ ਪੜ੍ਹੀ ਹੈ, ਸਲੋਐਸਟ ਰੋਟੇਸ਼ਨ ਪੜ੍ਹ ਲਓ, ਜਦੋਂ ਰੈਵੋਲਿਊਸ਼ਨ ਪੜ੍ਹ ਲਈ, ਤਾਂ ਜਿਹੜੀ ਸਲੋਐਸਟ ਰੋਟੇਸ਼ਨ ਉਹ ਹੈਗੀ ਆ ਵੀਨਸ ਦੀ, ਠੀਕ ਹੈ। ਤਾਂ ਸਲੋਐਸਟ ਰੋਟੇਸ਼ਨ ਦੀ ਗੱਲ ਕਰੀ ਜਾਵੇ ਤਾਂ ਉਹ ਵੀਨਸ ਦੀ ਹੈ, ਫਾਸਟੈਸਟ ਰੋਟੇਸ਼ਨ ਕਿਹਦੀ ਹੈ, ਜੁਪੀਟਰ ਦੀ ਹੈ, ਠੀਕ ਹੈ। ਤਾਂ ਸਲੋਐਸਟ ਰੋਟੇਸ਼ਨ ਹੋ ਗਈ ਤੁਹਾਡੀ ਵੀਨਸ ਦੀ। ਸਮਾਲੈਸਟ ਪਲੈਨਟ ਦੀ ਗੱਲ ਕਰੀ ਜਾਵੇ, ਸਮਾਲ ਪਲੈਨਟ ਆ ਜਿਹੜਾ, ਸਮਾਲੈਸਟ ਪਲੈਨਟ ਉਹ ਹੋ ਗਿਆ ਤੁਹਾਡਾ ਮਰਕਰੀ ਹੋ ਗਿਆ, ਠੀਕ ਹੈ। ਮਰਕਰੀ ਸਮਾਲੈਸਟ ਪਲੈਨਟ ਕਿਉਂਕਿ ਸ਼ੁਰੂ ਦੇ ਵਿੱਚ, ਠੀਕ ਹੈ, ਇਹਨੂੰ ਛੋਟਾ ਬਹੁਤ, ਠੀਕ ਹੈ। ਅਤੇ ਜੁਪੀਟਰ ਆ ਜਿਹੜਾ ਉਹ ਸਾਰਿਆਂ ਨਾਲੋਂ ਵੱਡਾ ਗਾ, ਜੁਪੀਟਰ, ਠੀਕ ਹੈ। ਤਾਂ ਜਿਹੜਾ ਵੱਡਾ ਪਲੈਨਟ ਆ ਉਹ ਕਿਹੜਾ ਗਾ, ਉਹ ਜੁਪੀਟਰ ਹੈ, ਠੀਕ ਹੈ। ਅੱਛਾ, ਜੇ ਆਪਾਂ ਲਾਰਜੈਸਟ ਸੈਟੇਲਾਈਟ ਦੇ ਬਾਰੇ ਪੜ੍ਹ ਲਿਆ ਸੀਗਾ ਵੀ ਉਹ ਜੁਪੀਟਰ ਦੀ ਹੈ, ਗੈਨਾਮਾਈਟ, ਠੀਕ ਹੈ। ਤਾਂ ਉਵੇਂ ਹੀ ਸਮਾਲੈਸਟ ਸੈਟੇਲਾਈਟ ਆ ਜਿਹੜੀ, ਸਮਾਲੈਸਟ ਸੈਟੇਲਾਈਟ ਕਿਹੜੀ ਹੈ, ਸਮਾਲੈਸਟ ਸੈਟੇਲਾਈਟ ਹੈਗੀ ਹੈ ਡੀਮੋਸ, ਠੀਕ ਹੈ। ਸਮਾਲੈਸਟ ਸੈਟੇਲਾਈਟ ਹੈਗੀ ਹੈ ਡੀਮੋਸ। ਤਾਂ ਉਹਨੇ ਡੀਮੋਸ ਕਿਹਦੀ ਹੈ, ਇਹ ਡੀਮੋਸ ਜਿਹੜੀ ਹੈਗੀ ਹੈ ਮਾਰਸ ਦੀ ਹੈ, ਠੀਕ ਹੈ। ਤਾਂ ਇਹ ਤੁਸੀਂ ਯਾਦ ਕਰ ਲਿਓ, ਡੀਮੋਸ ਜਿਹੜੀ ਹੈ ਮਾਰਸ ਦੀ ਹੈ, ਸਮਾਲੈਸਟ ਸੈਟੇਲਾਈਟ, ਠੀਕ ਹੈ, ਮਾਰਸ ਦੀ ਹੈ ਡੀਮੋਸ, ਠੀਕ ਹੈ। ਅੱਛਾ, ਅਰਥ ਦੀ ਟਵਿਨ ਕਿਹਨੂੰ ਕਿਹਾ ਜਾਂਦਾ, ਜਾਂ ਅਰਥ ਦੀ ਭੈਣ ਕਹਿ ਲਓ, ਠੀਕ ਹੈ, ਅਰਥ ਦੀ ਕਜ਼ਨ, ਅਰਥ ਦੀ ਭੈਣ, ਅਰਥ ਦੀ ਟਵਿਨ ਕਿਹਨੂੰ ਕਿਹਾ ਜਾਂਦਾ ਗਾ, ਵੀਨਸ ਨੂੰ ਕਿਹਾ ਜਾਂਦਾ ਗਾ, ਠੀਕ ਹੈ, ਕਿਉਂਕਿ ਵੀਨਸ ਨੇੜੇ ਅਰਥ ਦੇ, ਤਾਂ ਬਾਕੀ ਇਹਦਾ ਲਗਭਗ ਸਾਈਜ਼ ਵੀ ਅਰਥ ਦੇ ਜਿੰਨਾ ਹੀ ਹੈ, ਠੀਕ ਹੈ। ਅਤੇ ਬਸ ਇਹੀ ਕੁਸ਼ਚਨ ਬਣਦੇ ਇੰਪੋਰਟੈਂਟ, ਠੀਕ ਹੈ। ਇਹਨਾਂ ਤੋਂ ਕਾਫੀ ਬਣ ਕੇ ਤੁਸੀਂ ਦੁਬਾਰਾ ਦੁਬਾਰਾ ਰਿਪੀਟ ਕਰ ਲਿਓ, ਇੱਕ ਵਾਰੀ ਵੀਡੀਓ ਨੂੰ ਪੌਜ਼ ਕਰਕੇ ਫਿਰ ਦੁਬਾਰਾ ਇਹਨੂੰ ਦੇਖ ਲਿਓ, ਨੋਟਸ ਧਿਆਨ ਨਾਲ ਬਣਾ ਲਿਓ। ਇਹਨਾਂ 'ਚੋਂ ਕੁਸ਼ਚਨ ਪੱਕਾ ਹੋਊਗਾ ਵਨ ਲਾਈਨਰ, ਜੇ ਆਇਆ ਜੀਓਗ੍ਰਾਫੀ ਦਾ ਕੁਸ਼ਚਨ, ਜੇ ਆਇਆ ਜੀਓਗ੍ਰਾਫੀ ਦਾ ਕੁਸ਼ਚਨ, ਤਾਂ ਇਹਨਾਂ 'ਚੋਂ ਪੱਕਾ ਹੋਊਗਾ 100%। ਇਸ 'ਚ ਨਾ ਆਇਆ ਤਾਂ ਕਿਸੇ ਨਾ ਕਿਸੇ ਇਗਜ਼ਾਮ 'ਚ ਤੁਹਾਨੂੰ ਪੱਕਾ ਟੱਕਰ ਹੀ ਜਾਣਾ, ਠੀਕ ਹੈ। ਤਾਂ ਚਲੋ ਹੁਣ ਆਪਾਂ ਗੱਲ ਕਰੀਏ, ਓਜ਼ੋਨ ਲੇਅਰ ਆ ਜਿਹੜੀ, ਇਹ ਕਿਹੜੀ ਲੇਅਰ ਦੇ ਵਿੱਚ ਪ੍ਰੈਜੈਂਟ ਹੁੰਦੀ ਹੈ, ਠੀਕ ਹੈ। ਆਪਣੇ ਐਟਮੋਸਫੀਅਰ ਦੇ ਵਿੱਚ ਆਪਾਂ ਪੰਜ ਲੇਅਰਾਂ ਦੇ ਵਿੱਚ ਉਹਨੂੰ ਵੰਡਦੇ ਹਾਂ, 4-5 ਲੇਅਰਾਂ ਦੇ ਵਿੱਚ ਵੰਡਦੇ ਹਾਂ, ਠੀਕ ਹੈ। ਉਹਨਾਂ 'ਚੋਂ ਓਜ਼ੋਨ ਜਿਹੜੀ ਲੇਅਰ ਆ ਉਹ ਕਿਹੜੀ ਲੇਅਰ ਦੇ ਵਿੱਚ ਆਉਂਦੀ ਹੈ, ਤਾਂ ਓਜ਼ੋਨ ਜਿਹੜੀ ਲੇਅਰ ਉਹ ਪ੍ਰੈਜੈਂਟ ਇਨ ਸਟ੍ਰੈਟੋਸਫੀਅਰ, ਤਾਂ ਇਹ ਕੁਸ਼ਚਨ ਆ ਜਾਂਦਾ ਹੁੰਦਾ, ਠੀਕ ਹੈ। ਅਤੇ ਹੁਣੇ ਹੁਣੇ ਕੁਸ਼ਚਨ ਆਇਆ ਸੀਗਾ ਜਿਹੜਾ ਦਿੱਲੀ ਦੇ ਵਿੱਚ ਜੱਜ ਦਾ ਪੇਪਰ ਹੋਇਆ ਸੀਗਾ, ਹੁਣੇ ਹਜੇ ਥੋੜ੍ਹੇ ਦਿਨ ਹੋਇਆ ਦਿੱਲੀ ਜੱਜ ਦਾ ਪੇਪਰ ਹੋਇਆ ਸੀਗਾ, ਠੀਕ ਹੈ, ਲਾਅ ਵਾਲਿਆਂ ਦਾ, PCS ਦਾ ਪੇਪਰ ਹੋਇਆ ਸੀਗਾ, ਠੀਕ ਹੈ। ਤਾਂ ਉਹਦੇ ਵਿੱਚ ਕੁਸ਼ਚਨ ਆਇਆ ਸੀਗਾ, ਠੀਕ ਹੈ, ਵੀ ਓਜ਼ੋਨ ਲੇਅਰ ਆ ਜਿਹੜੀ ਉਹ ਕਿਹੜੇ ਵਿੱਚ ਪ੍ਰੈਜੈਂਟ ਆ, ਬਹੁਤ ਸੌਖਾ ਕੁਸ਼ਚਨ ਆ, ਦੇਖੋ, ਠੀਕ ਹੈ। ਤਾਂ ਇਹਦੇ ਬਾਰੇ ਹੁਣ ਆਪਾਂ ਲੇਅਰਾਂ ਬਾਰੇ ਪੜ੍ਹਾਂਗੇ ਐਟਮੋਸਫੀਅਰ ਦੇ ਵਿੱਚ, ਠੀਕ ਹੈ। ਤਾਂ ਸ਼ੁਰੂ ਤੋਂ ਲੱਗਦੇ ਹਾਂ, ਜੇ ਆਪਾਂ ਲੇਅਰਾਂ ਦੀ ਗੱਲ ਕਰੀਏ ਤਾਂ ਸ਼ੁਰੂ ਤੋਂ ਜੇ ਮੈਂ ਗੱਲ ਕਰਾਂ ਤਾਂ ਇੱਥੇ ਆ ਜਾਂਦੀ ਤੁਹਾਡੀ ਟ੍ਰੋਪੋਸਫੀਅਰ, ਪਹਿਲੀ ਲੇਅਰ ਟ੍ਰੋਪੋਸਫੀਅਰ, ਠੀਕ ਹੈ। ਇਸ ਤੋਂ ਬਾਅਦ ਟ੍ਰੋਪੋਸਫੀਅਰ ਤੋਂ ਗੱਲ ਕਰੀ ਜਾਵੇ ਤਾਂ ਇਦੋਂ ਬਾਅਦ ਆ ਜਾਂਦੀ ਹੈ ਸਟ੍ਰੈਟੋਸਫੀਅਰ, ਠੀਕ ਹੈ, ਸਟ੍ਰੈਟੋਸਫੀਅਰ ਆ ਜਾਂਦੀ ਹੈ। ਫਿਰ ਆ ਜਾਂਦਾ ਤੁਹਾਡਾ ਮੀਜ਼ੋਸਫੀਅਰ, ਮੀਜ਼ੋ, ਠੀਕ ਹੈ, MESO ਮੀਜ਼ੋਸਫੀਅਰ ਆ ਜਾਂਦਾ। ਇਸ ਤੋਂ ਬਾਅਦ ਆ ਜਾਂਦਾ ਆਇਨੋਸਫੀਅਰ, IONO ਆਇਨੋਸਫੀਅਰ। ਫਿਰ ਆ ਜਾਂਦਾ ਤਾਂ ਐਗਜ਼ੋਸਫੀਅਰ, ਆਪਣਾ ਖੁੱਲ੍ਹਾ ਜਿਹੜਾ ਪਾਰਟ, ਐਕਸੋਸਫੀਅਰ ਕਹਿੰਦੇ ਨੂੰ, EXO ਉਹਦੇ ਬਾਅਦ ਸਫੀਅਰ ਆ ਗਿਆ, ਠੀਕ ਹੈ। ਤਾਂ ਸ਼ੁਰੂ ਦੀ ਜੇ ਗੱਲ ਕਰੀਏ ਤਾਂ ਟ੍ਰੋਪੋਸਫੀਅਰ ਦੇ ਜਿਹੜੇ ਕੁਸ਼ਚਨ ਬਣਦੇ ਆਪਾਂ ਉਹ ਕਰਾਂਗੇ ਪਹਿਲਾਂ ਦਾ। ਟ੍ਰੋਪੋਸਫੀਅਰ ਪਹਿਲੀ ਗੱਲ ਤਾਂ ਐਂ ਪੁੱਛ ਲਿਆ ਜਾਂਦਾ ਵੀ ਕਿੰਨੇ ਤੋਂ ਕਿੰਨੇ ਕਿਲੋਮੀਟਰ ਦੇ ਵਿੱਚ ਅਵੇਲੇਬਲ ਆ ਜਿਹੜੀ ਆਪਣੀ ਟ੍ਰੋਪੋਸਫੀਅਰ ਆ, ਧਰਤੀ ਤੋਂ ਲੈ ਕੇ ਐਂ ਕਹਿ ਲਓ ਵੀ 0 ਤੋਂ 18 ਕਿਲੋਮੀਟਰ ਤੱਕ ਜਦੋਂ ਆਪਾਂ ਤਾਹਾਂ ਨੂੰ ਜਾਈਏ ਤਾਂ ਉੱਥੇ ਟ੍ਰੋਪੋਸਫੀਅਰ ਹੀ ਆ, ਠੀਕ ਹੈ। ਤਾਂ ਟ੍ਰੋਪੋਸਫੀਅਰ ਆ, ਅਤੇ ਇਹਦੇ ਵਿੱਚ ਮੈਕਸੀਮਮ ਆਪਣੇ ਐਟਮੋਸਫੀਅਰ ਦੀਆਂ ਗੈਸਿਸ ਅਵੇਲੇਬਲ ਆ, 75% ਲਗਭਗ ਇਹਦੇ ਵਿੱਚ ਗੈਸਿਸ ਅਵੇਲੇਬਲ ਆ ਟ੍ਰੋਪੋਸਫੀਅਰ ਦੇ ਵਿੱਚ, ਠੀਕ ਹੈ। ਅਤੇ ਜਦੋਂ ਆਪਾਂ ਹਾਈਟ ਇਨਕਰੀਜ਼ ਕਰਦੇ ਜਾਈਏ ਤਾਂ ਜਿਹੜਾ ਟੈਂਪਰੇਚਰ ਆ ਉਹ ਡਿਕਰੀਜ਼ ਕਰਦਾ ਜਾਂਦਾ, ਜਿਵੇਂ ਕਿ ਹੁਣ ਤੁਸੀਂ ਇਹਨੂੰ ਅੰਦਾਜ਼ਾ ਲਓ ਵੀ ਆਪਾਂ ਟ੍ਰੋਪੋਸਫੀਅਰ ਦੇ ਵਿੱਚ ਹੀ ਹਾਂ, ਠੀਕ ਹੈ। ਮੈਕਸੀਮਮ ਜਦੋਂ ਆਪਾਂ ਪਹਾੜਾਂ ਨੂੰ ਜਾਂਦੇ ਹਾਂ, ਪਹਾੜਾਂ 'ਤੇ ਆਪਾਂ ਨੂੰ ਟੈਂਪਰੇਚਰ ਜਿਹੜਾ ਉਹ ਘੱਟ ਮਿਲਦਾ ਗਾ, ਠੀਕ ਹੈ। ਤਾਂ ਐਵੇਂ ਯਾਦ ਕਰ ਲਓ ਕਿ ਟ੍ਰੋਪੋਸਫੀਅਰ 'ਤੇ ਜਦੋਂ ਵੀ ਆਪਾਂ ਤਾਹਾਂ ਤਾਹਾਂ ਜਾਂਦੇ, ਜਿੱਥੇ ਆਪਾਂ ਅਵੇਲੇਬਲ ਹਾਂ, ਜਿੱਥੇ ਆਪਾਂ ਰਹਿ ਰਹੇ ਹਾਂ, ਠੀਕ ਹੈ, ਤਾਂ ਜਦੋਂ ਵੀ ਆਪਾਂ ਤਾਹਾਂ ਤਾਹਾਂ ਜਾਂਦੇ ਤਾਂ ਜਿਹੜਾ ਟੈਂਪਰੇਚਰ ਉਹ ਘੱਟਦਾ ਜਾਂਦਾ ਗਾ, ਠੀਕ ਹੈ। ਕੁਸ਼ਚਨ ਕੀ ਬਣਦਾ ਗਾ, ਕੁਸ਼ਚਨ ਇਹ ਬਣਦਾ ਵੀ ਟ੍ਰੋਪੋਸਫੀਅਰ 'ਤੇ ਪਰ ਕਿਲੋਮੀਟਰ ਆਪਾਂ ਜਾਣ ਨਾਲ ਵੀ ਲਗਭਗ ਕਿੰਨਾ ਡਿਗਰੀ ਜਿਹੜਾ ਟੈਂਪਰੇਚਰ ਉਹ ਘੱਟ ਜਾਂਦਾ ਗਾ। ਤਾਂ ਲਗਭਗ 1 ਕਿਲੋਮੀਟਰ ਜੇ ਤੁਸੀਂ ਜਾਓਗੇ ਤਾਂ 6.5 ਡਿਗਰੀ ਸੈਲਸੀਅਸ ਜਿਹੜਾ ਉਹ ਟੈਂਪਰੇਚਰ ਘੱਟ ਜਾਊਗਾ, ਠੀਕ ਹੈ। ਇਹ ਤੁਸੀਂ ਇੰਪੋਰਟੈਂਟ ਯਾਦ ਕਰਨਾ ਗਾ ਵੀ ਇਹ ਪਰ ਕਿਲੋਮੀਟਰ ਜੇ ਆਪਾਂ ਟ੍ਰੋਪੋਸਫੀਅਰ 'ਤੇ ਜਾਂਦੇ ਹਾਂ, ਜਿਵੇਂ ਕਿ ਮੰਨ ਲਓ 0 ਤੋਂ ਆਪਾਂ ਸਟਾਰਟ ਕਰੀਏ ਤਾਂ 1 ਕਿਲੋਮੀਟਰ ਤੱਕ 6.5 ਡਿਗਰੀ ਦਾ ਸੈਲਸੀਅਸ ਦਾ ਯਾਨੀ ਕਿ ਤੁਹਾਡਾ ਜਿਹੜਾ ਟੈਂਪਰੇਚਰ ਦਾ ਡਿਫਰੈਂਸ ਹੋਊਗਾ, ਫਿਰ 2 ਤੱਕ ਉਦੋਂ ਘੱਟ ਜਾਊਗਾ, ਠੀਕ ਹੈ। ਤਾਂ 6.5 ਡਿਗਰੀ ਦੇ ਲਗਭਗ ਜਿਹੜਾ ਟੈਂਪਰੇਚਰ ਉਹ ਪਰ ਕਿਲੋਮੀਟਰ ਦੇ ਹਿਸਾਬ ਨਾਲ ਘੱਟਦਾ ਜਾਂਦਾ, ਠੀਕ ਹੈ। ਤਾਂ ਇਹ ਇੰਪੋਰਟੈਂਟ ਬਣਦਾ ਗਾ। ਤਾਂ ਜਿਉਂ ਜਿਉਂ ਆਪਾਂ ਤਾਹਾਂ ਜਾਈ ਜਾਂਦੇ ਤਿਉਂ ਤਿਉਂ ਜਿਹੜਾ ਟੈਂਪਰੇਚਰ ਉਹ ਯਾਨੀ ਕਿ ਘੱਟਦਾ ਜਾਂਦਾ, ਠੀਕ ਹੈ। ਤਾਂ ਇਹ ਤੁਸੀਂ ਯਾਦ ਕਰ ਲੈਣਾ ਟ੍ਰੋਪੋਸਫੀਅਰ ਦਾ। ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਸਟ੍ਰੈਟੋਸਫੀਅਰ ਦੀ, ਤਾਂ ਸਟ੍ਰੈਟੋਸਫੀਅਰ ਦਾ ਕੁਸ਼ਚਨ ਤਾਂ ਪਤਾ ਹੀ ਹੈ ਤੁਹਾਨੂੰ, ਓਜ਼ੋਨ ਲੇਅਰ 'ਤੇ ਬਣਦਾ ਗਾ, ਠੀਕ ਹੈ। ਕਿ ਓਜ਼ੋਨ ਲੇਅਰ ਆ ਜਿਹੜੀ ਆਪਣੀ, ਓਜ਼ੋਨ ਪਰਤ ਆ ਉਹ ਕਿਹੜੀ ਲੇਅਰ 'ਤੇ
ਅਵੇਲੇਬਲ ਆ ਲੇਅਰ ਅਤੇ ਪ੍ਰੈਜੈਂਟ ਆ, ਠੀਕ ਹੈ। ਤਾਂ ਜੇ ਆਪਾਂ 18 ਤੋਂ ਗਾਹਾਂ 50 ਕਿਲੋਮੀਟਰ ਤੱਕ ਜਾਈਏ ਤਾਂ ਸਟ੍ਰੈਟੋਸਫੀਅਰ ਆ ਜਾਂਦਾ, ਠੀਕ ਹੈ। 18 ਤੋਂ 50 ਕਿਲੋਮੀਟਰ ਤੱਕ ਸਟ੍ਰੈਟੋਸਫੀਅਰ ਹੈ, ਠੀਕ ਹੈ। ਇਹਦੇ ਵਿੱਚ ਹੀ ਓਜ਼ੋਨ ਲੇਅਰ ਜਿਹੜੀ ਹੈ ਉਹ ਪ੍ਰੈਜੈਂਟ ਹੈ, ਠੀਕ ਹੈ। ਦਿਸ ਲੇਅਰ ਕੰਟੇਨਸ ਓਜ਼ੋਨ ਲੇਅਰ, ਠੀਕ ਹੈ। ਤਾਂ ਟੈਂਪਰੇਚਰ ਜਿਹੜਾ ਇੱਥੇ ਆ ਜਿਹੜਾ ਰਿਮੇਨ ਕੋਂਸਟੈਂਟ ਰਹਿੰਦਾ ਲਗਭਗ, ਠੀਕ ਹੈ। ਅਪਰ ਲੇਅਰ 'ਤੇ ਆਲਮੋਸਟ ਯਾਨੀ ਕਿ 0°C ਬਣ ਜਾਂਦਾ ਹੈਗਾ, ਠੀਕ ਹੈ। ਤਾਂ ਆਲਮੋਸਟ ਆ ਜਿਹੜਾ ਟੈਂਪਰੇਚਰ ਇੱਥੇ ਉਹ ਰਹਿੰਦਾ ਹੈਗਾ, ਠੀਕ ਹੈ। ਜੇ ਹੁਣ ਓਜ਼ੋਨ ਲੇਅਰ ਦੀ ਗੱਲ ਕਰੀ ਜਾਵੇ ਤਾਂ ਓਜ਼ੋਨ ਜਿਹੜੀ ਲੇਅਰ ਇੱਥੇ ਆਹ ਇੱਥੇ ਇਹ ਜਿਹੜਾ ਟੈਂਪਰੇਚਰ ਇੱਥੇ ਬਹੁਤ ਜ਼ਿਆਦਾ ਹੁੰਦਾ, ਕਿਉਂਕਿ ਜਿਹੜੀਆਂ ਕਿਰਨਾਂ ਇੱਥੇ ਆ ਕੇ ਟਕਰਾਉਂਦੀਆਂ, ਤਾਂ ਕਿਰਨਾਂ ਟਕਰਾਉਂਦੀਆਂ ਤਾਂ ਕਿਰਨਾਂ ਜਾਣੀ ਕਿ ਇਹ ਰੋਕ ਲੈਂਦਾ ਗਾ, ਤਾਂ ਇੱਥੇ ਟੈਂਪਰੇਚਰ ਆ ਜਿਹੜਾ ਓਜ਼ੋਨ ਲੇਅਰ ਦੇ ਉੱਪਰ ਅਪਰ ਸਾਈਡ ਦੀ ਗੱਲ ਕਰੀ ਜਾਵੇ ਤਾਂ ਉੱਥੇ ਜਿਹੜਾ ਟੈਂਪਰੇਚਰ ਉਹ ਹੌਟ ਹੁੰਦਾ, ਗਰਮ ਹੁੰਦਾ, ਠੀਕ ਹੈ। ਤਾਂ ਇਹਦੇ ਕੁਸ਼ਚਨ ਤਾਂ ਬਣਦਾ ਨਹੀਂ, ਖੈਰ ਕੁਸ਼ਚਨ ਇਹੀ ਬਣੂਗਾ ਕਿ ਓਜ਼ੋਨ ਲੇਅਰ ਕਿੱਥੇ ਪ੍ਰੈਜੈਂਟ ਹੈ, ਸਟ੍ਰੈਟੋਸਫੀਅਰ ਦੇ ਵਿੱਚ ਪ੍ਰੈਜੈਂਟ ਹੈ, ਠੀਕ ਹੈ। ਤਾਂ ਸਟ੍ਰੈਟੋਸਫੀਅਰ ਤੋਂ ਬਾਅਦ ਜੇ ਮੈਂ ਗੱਲ ਕਰਾਂ, ਸਟ੍ਰੈਟੋਸਫੀਅਰ ਤੋਂ ਬਾਅਦ ਜਿਹੜਾ ਆ ਜਾਂਦਾ ਉਹ ਆ ਜਾਂਦਾ ਮੀਜ਼ੋਸਫੀਅਰ। ਤਾਂ ਆਪਾਂ 50 ਕਿਲੋਮੀਟਰ ਤੱਕ ਆ ਗਏ ਸੀ, ਤਾਂ ਮੀਜ਼ੋਸਫੀਅਰ ਆ ਜਿਹੜਾ ਉਹ 50 ਤੋਂ ਲਗਭਗ 80 ਕਿਲੋਮੀਟਰ ਆ ਜਾਂਦਾ, ਠੀਕ ਹੈ। ਤਾਂ ਮੀਜ਼ੋਸਫੀਅਰ 50 ਤੋਂ 80 ਕਿਲੋਮੀਟਰ ਆ ਜਾਂਦਾ ਗਾ, ਠੀਕ ਹੈ। ਇਹ ਐਂ ਕਹਿ ਲਓ ਵੀ ਦਿਸ ਇਜ਼ ਦਾ ਕੋਲਡੈਸਟ ਰੀਜਨ ਆਫ ਦਾ ਐਟਮੋਸਫੀਅਰ। ਦਾ ਟੈਂਪਰੇਚਰ ਜਿਹੜਾ ਇੱਥੇ ਡਰੋਪ ਕਰ ਜਾਂਦਾ ਇੱਕਦਮ, ਠੀਕ ਹੈ। ਇੱਕਦਮ ਟੈਂਪਰੇਚਰ ਡਰੋਪ ਕਰ ਜਾਂਦਾ, ਕਿਉਂ ਕਿਉਂਕਿ ਡਰੋਪ ਕਰ ਜਾਂਦਾ, ਡਰੋਪ ਕਿਹਦੇ ਅਕੋਰਡਿੰਗ ਕਰਦਾ ਗਾ, ਕਿਉਂਕਿ ਜਦੋਂ ਓਜ਼ੋਨ ਲੇਅਰ ਇੱਥੇ ਓਜ਼ੋਨ ਲੇਅਰ ਹੋਊਗੀ ਤਾਂ ਇੱਥੇ ਗਰਮ ਇੱਥੇ ਸਾਰੀਆਂ ਨੇ ਸੋਖ ਲਈਆਂ ਕਿਰਨਾਂ, ਠੀਕ ਹੈ। ਤਾਂ ਇੱਥੇ ਗਰਮ ਏਰੀਆ ਹੋਊਗਾ ਤਾਂ ਉਦੋਂ ਤਾਂ ਹਾਂ ਜੇ ਆਪਾਂ ਜਾਵਾਂਗੇ ਤਾਂ ਓਬਵੀਅਸਲੀ ਇੱਥੇ ਟੈਂਪਰੇਚਰ ਜ਼ਿਆਦਾ ਹੋਊਗਾ, ਤਾਂ ਮੀਜ਼ੋਸਫੀਅਰ ਦੇ ਵਿੱਚ ਟੈਂਪਰੇਚਰ ਇੱਕਦਮ ਘੱਟ ਜਾਂਦਾ ਗਾ, ਠੀਕ ਹੈ। ਤਾਂ ਯਾਨੀ ਕਿ ਮੀਜ਼ੋਸਫੀਅਰ ਦੇ ਵਿੱਚ ਜਿਹੜਾ ਸਟ੍ਰੈਟੋਸਫੀਅਰ ਦੇ ਮੁਕਾਬਲੇ ਟੈਂਪਰੇਚਰ ਆ ਜਿਹੜਾ ਡਿਕਰੀਜ਼ ਹੋ ਜਾਂਦਾ, ਤਾਂ ਇੱਥੇ ਵੀ ਤੁਸੀਂ ਇਹ ਯਾਦ ਕਰ ਲੈਣਾ। ਬਾਕੀ ਮੀਜ਼ੋਸਫੀਅਰ ਤੋਂ ਕੁਸ਼ਚਨ ਆਉਂਦਾ ਨਹੀਂ, ਗਰੰਟੀ ਹੈ। ਇੱਕ ਕੁਸ਼ਚਨ ਬਣੂਗਾ ਜੇ ਆਇਆ ਵੀ ਤਾਂ 50 ਤੋਂ 80 ਕਿਲੋਮੀਟਰ, ਉਹ ਤੁਸੀਂ ਯਾਦ ਕਰ ਲਿਓ, ਠੀਕ ਹੈ। ਕਿਉਂਕਿ ਕਈ ਬੁੱਕਸ ਦੇ ਵਿੱਚ ਮੀਜ਼ੋਸਫੀਅਰ ਦਿੱਤੀ ਹੋਈ ਨਹੀਂ, ਸਿੱਧਾ ਸਟ੍ਰੈਟੋਸਫੀਅਰ ਤੋਂ ਬਾਅਦ ਆਇਨੋਸਫੀਅਰ ਹੀ ਕਹਿ ਦਿੰਦੇ ਆ, ਠੀਕ ਹੈ। ਇਸ ਤੋਂ ਬਾਅਦ ਜੇ ਮੀਜ਼ੋਸਫੀਅਰ ਦੀ ਗੱਲ ਕਰੀ ਜਾਵੇ ਤਾਂ ਮੀਜ਼ੋਸਫੀਅਰ ਤੋਂ ਬਾਅਦ ਆ ਜਾਂਦਾ ਤੁਹਾਡਾ ਆਇਨੋਸਫੀਅਰ, ਠੀਕ ਹੈ। ਆਇਨੋਸਫੀਅਰ ਜਿਹੜਾ ਹੈਗਾ ਇਹ ਬਹੁਤ ਵੱਡਾ ਏਰੀਆ, 80 ਤੋਂ 400 ਕਿਲੋਮੀਟਰ ਤੱਕ ਤੁਹਾਡਾ ਆਇਨੋਸਫੀਅਰ ਆ, ਠੀਕ ਹੈ। ਤਾਂ 80 ਤੋਂ 400 ਕਿਲੋਮੀਟਰ ਆਇਨੋਸਫੀਅਰ ਆ। ਇਹਦੇ ਵਿੱਚ ਜਿਹੜੀਆਂ ਰੇਡੀਓ ਵੇਵਸ ਆਪਣੀਆਂ, ਜਿਵੇਂ ਕਿ ਆਪਣੇ ਰੇਡੀਓ ਵਗੈਰਾ ਚੱਲਦੇ ਆ, ਆਲ ਇੰਡੀਆ ਰੇਡੀਓ, ਹੈ ਨਾ, ਜਾਂ ਤੁਹਾਡੇ ਇੱਧਰ ਵੀ ਆਪਣੇ ਪੰਜਾਬ 'ਚ ਵੀ ਚੱਲਦੇ ਹੋਣਗੇ, ਚੰਡੀਗੜ੍ਹ 'ਚ ਵੀ ਚੱਲਦੇ ਹੋਣਗੇ, ਦਿੱਲੀ 'ਚ ਵੀ ਚੱਲ ਰਹੇ ਆ, ਕਿੰਨੇ ਰੇਡੀਓ ਸਟੇਸ਼ਨ ਆ, ਜੇ ਜਿਹੜੇ ਰੇਡੀਓ ਸਟੇਸ਼ਨ ਆ ਯਾਨੀ ਕਿ ਰੇਡੀਓ ਵੇਵਸ ਜਿਹੜੀਆਂ ਉਹ ਇੱਥੇ ਟਕਰਾ ਕੇ ਜਾਂਦੀਆਂ, ਉਹ ਕਿਹੜੀ ਜਗ੍ਹਾ ਉਹਨਾਂ ਦੀ ਯਾਨੀ ਕਿ ਸਟੇਸ਼ਨ ਲੱਗੇ ਹੋਏ ਆ, ਕਿੱਥੇ ਕਿਹੜੀ ਲੇਅਰ ਦੇ ਵਿੱਚ, ਤਾਂ ਆਇਨੋਸਫੀਅਰ ਦੇ ਵਿੱਚ ਆ, ਠੀਕ ਹੈ। ਤਾਂ ਰੇਡੀਓ ਵੇਵਸ ਆਰ ਬਾਊਂਸਡ ਆਫ ਦਾ ਆਇਨਸ ਐਂਡ ਰਿਫਲੈਕਟ ਵੇਵਸ ਬੈਕ ਟੂ ਦਾ ਅਰਥ। ਤਾਂ ਜਿਹੜੀ ਆਇਨੋਸਫੀਅਰ ਦੇ ਵਿੱਚ ਯਾਨੀ ਕਿ ਧਰਤੀ ਤੋਂ ਲੈ ਕੇ ਰੇਡੀਓ ਵੇਵਸ ਜਿਹੜੇ ਜਾਂਦੀਆਂ ਉਹ ਇੱਥੇ ਟਕਰਾ ਕੇ ਆਇਨੋਸਫੀਅਰ 'ਤੇ ਧਰਤੀ ਨੂੰ ਵਾਪਸ ਆ ਜਾਂਦੀਆਂ, ਠੀਕ ਹੈ। ਤਾਂ ਜਿਹੜੀਆਂ ਰੇਡੀਓ ਵੇਵਸ ਆ ਉਹ ਕਿੱਥੇ ਰਿਫਲੈਕਟ ਕਰਦੀਆਂ ਗੀਆਂ, ਉਹ ਆਇਨੋਸਫੀਅਰ ਦੇ ਵਿੱਚ ਰਿਫਲੈਕਟ ਕਰਦੀਆਂ। ਇੰਪੋਰਟੈਂਟ ਕੁਸ਼ਚਨ ਬਣਦਾ ਗਾ, 80 ਤੋਂ 400 ਕਿਲੋਮੀਟਰ ਇੰਪੋਰਟੈਂਟ ਬਣੂਗਾ। ਲੇਅਰਸ ਜਿਹੜੀਆਂ ਕਿੱਥੋਂ ਟਕਰਾ ਕੇ ਜਾਂਦੀਆਂ ਰੇਡੀਓ ਵੇਵਸ, ਆਇਨੋਸਫੀਅਰ ਤੋਂ ਯਾਰ ਟਕਰਾ ਕੇ ਜਾਂਦੀ, ਠੀਕ ਹੈ। ਤੁਸੀਂ ਯਾਦ ਕਰ ਲੈਣਾ, ਠੀਕ ਹੈ। ਰੇਡੀਓ ਕਮਿਊਨੀਕੇਸ਼ਨ 'ਚ ਹੈਲਪ ਕਰਦੀਆਂ ਗੀਆਂ, ਠੀਕ ਹੈ। ਅਤੇ ਆਇਨੋਸਫੀਅਰ ਤੋਂ ਕੁਸ਼ਚਨ ਇਹੀ ਬਣਦਾ, ਹਰ ਵਾਰੀ ਰਿਪੀਟ ਹੁੰਦਾ ਵਾਰ ਵਾਰ, ਠੀਕ ਹੈ। ਤੁਸੀਂ ਯਾਦ ਕਰ ਲੈਣਾ ਆਇਨੋਸਫੀਅਰ, ਠੀਕ ਹੈ। ਇਸ ਤੋਂ ਬਾਅਦ ਆਇਨੋਸਫੀਅਰ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਉਹ ਆ ਜਾਂਦਾ ਐਕਸੋਸਫੀਅਰ, ਠੀਕ ਹੈ। ਯਾਨੀ ਕਿ ਆਪਣਾ ਯਾਨੀ ਕਿ ਐਟਮੋਸਫੀਅਰ ਦਾ ਜਿਹੜਾ ਐਂਡ ਵਾਲੀ ਲੇਅਰ ਆਪਾਂ ਕਹਿੰਦੇ ਹਾਂ, ਤਾਂ ਅਬਵ 400 ਕਿਲੋਮੀਟਰ, ਠੀਕ ਹੈ। ਅਬਵ 400 ਕਿਲੋਮੀਟਰ ਤੁਹਾਡਾ ਸਾਰਾ ਯਾਨੀ ਕਿ ਜਿਹੜਾ ਕਹਿ ਲਓ ਵੀ ਐਟਮੋਸਫੀਅਰ ਉਹ ਕੀ ਹੈ, ਕੀ 'ਚ ਆ ਜਾਂਦਾ, ਐਕਸੋਸਫੀਅਰ ਦੇ ਵਿੱਚ ਆ ਜਾਂਦਾ। ਤਾਂ ਅਪਰ ਪਾਰਟ ਜਿਹੜਾ ਅਪਰ ਪਾਰਟ ਆ ਜਿਹੜਾ ਉਹਨੂੰ ਐਗਜੋਸਫੀਅਰ ਦੇ ਅਪਰ ਪਾਰਟ ਨੂੰ ਯਾਨੀ ਕਿ ਆ ਐਗਜੋਸਫੀਅਰ ਇਹਦੇ ਅਪਰ ਪਾਰਟ ਨੂੰ ਆਪਾਂ ਮੈਗਨੈਟੋਸਫੀਅਰ ਵੀ ਕਹਿ ਦਿੰਦੇ ਹਾਂ, ਮੈਗਨੈਟੋਸਫੀਅਰ। ਕੁਸ਼ਚਨ ਬਸ ਇਹੀ ਬਣੂਗਾ ਕਿ ਅਪਰ ਪਾਰਟ ਆਫ ਐਕਸੋਸਫੀਅਰ ਨੂੰ ਆਪਾਂ ਕੀ ਕਹਿੰਦੇ ਹਾਂਗੇ, ਮੈਗਨੈਟੋਸਫੀਅਰ, ਠੀਕ ਹੈ। ਮੈਗਨੈਟੋਸਫੀਅਰ, MAGNETOSFEERE, ਠੀਕ ਹੈ। ਮੈਗਨੈਟੋਸਫੀਅਰ ਆਪਾਂ ਕਹਿ ਦਿੰਦੇ ਹਾਂ ਇਹਨੂੰ, ਠੀਕ ਹੈ। ਅਤੇ ਜਿਹੜਾ ਇੱਥੇ ਟੈਂਪਰੇਚਰ ਉਹ ਲਗਭਗ ਯਾਨੀ ਕਿ ਹਾਈ ਹੁੰਦਾ ਗਾ, ਠੀਕ ਹੈ। ਤਾਂ ਬਸ ਹੋਰ ਕੁਸ਼ਚਨ ਹੀ ਬਣਦਾ ਗਾ। ਲਾਸਟ ਲੇਅਰ ਪੁੱਛ ਲਈ ਜਾਂਦੀ ਹੁੰਦੀ ਹੈ ਕਿ ਲਾਸਟ ਲੇਅਰ ਕਿਹੜੀ ਆ, ਐਕਸੋਸਫੀਅਰ ਆ, ਕਿੰਨੇ ਕਿਲੋਮੀਟਰ ਤੋਂ ਅਬਵ ਆ, ਅਬਵ 400 ਕਿਲੋਮੀਟਰ ਤੋਂ ਅਬਵ ਆ। ਅਤੇ ਇਹ ਲੇਅਰਾਂ ਹੋ ਗਈਆਂ, ਹੋਰ ਇਹਨਾਂ ਤੋਂ ਕੁਸ਼ਚਨ ਕੋਈ ਬਣਦਾ ਨਹੀਂ। ਜੇ ਕੁਸ਼ਚਨ ਕੋਈ ਬਣੇ ਵੀ ਉਹ ਮੈਂ ਕਿਸੇ ਨਾ ਕਿਸੇ MCQ 'ਚ ਤੁਹਾਨੂੰ ਕਰਵਾ ਦੂੰਗਾ, ਠੀਕ ਹੈ। ਮੋਸਟ ਇੰਪੋਰਟੈਂਟ ਇਹ ਬਣਦੇ ਆ, ਠੀਕ ਹੈ। ਅਤੇ ਜੇ ਆਪਾਂ ਐਟਮੋਸਫੀਅਰ ਦੀ ਗੱਲ ਕਰੀ ਜਾਵੇ, ਹਵਾ ਦੀ ਗੱਲ ਕਰੀ ਜਾਵੇ, ਤਾਂ ਹਵਾ ਦੇ ਵਿੱਚ ਜਿਹੜੀ ਗੈਸਿਸ ਆ, ਵੈਸੇ ਮੈਂ ਕਰਵਾ ਚੁੱਕਿਆ ਸੀਗਾ ਇੱਕ GK ਡਿਕਸ਼ਨ ਦਾ ਪਹਿਲਾ ਦੂਜਾ ਪਾਰਟ ਸ਼ਾਇਦ ਕਰਵਾਇਆ ਹੋਇਆ। ਉਹਦੇ ਵਿੱਚ ਤਾਂ ਮੇਜਰਲੀ ਜਿਹੜੀਆਂ ਪੋਰਸ਼ਨ ਆ, ਨਾਈਟ੍ਰੋਜਨ ਆਪਣੀ 78% ਆ, ਠੀਕ ਹੈ। 21% ਆਪਣੀ ਆਕਸੀਜਨ ਹੋ ਗਈ, ਠੀਕ ਹੈ। 78 ਅਤੇ 21, 99 ਹੋ ਗਿਆ। ਇਸ ਤੋਂ ਬਾਅਦ ਆਰਗਨ ਆ ਜਾਂਦੀ ਹੈ, ਜਿਹੜੀ ਮੈਕਸੀਮਮ ਆਰਗਨ ਹੈ, ਠੀਕ ਹੈ। ਆਪਾਂ ਜਿਹੜੀ ਬੇਸਿਕਲੀ ਕਲਾਸਾਂ 'ਚ ਪੜ੍ਹਦੇ ਹਾਂ, 78, 21 ਅਤੇ 0.03 ਪੜ੍ਹ ਦਿੰਦੇ ਹਾਂ ਕਾਰਬਨ ਡਾਈਆਕਸਾਈਡ, ਕਾਰਬਨ ਯਾਨੀ ਕਿ, ਠੀਕ ਹੈ, ਕਾਰਬਨ ਡਾਈਆਕਸਾਈਡ 0.03%, ਠੀਕ ਹੈ। ਅਤੇ ਬਟ ਉਸ ਤੋਂ ਜ਼ਿਆਦਾ ਆਰਗਨ ਵੀ ਹੁੰਦੀ ਆ, ਠੀਕ ਹੈ। ਆਰਗਨ ਜਿਹੜੀ ਕਿ ਆਪਾਂ ਬਹੁਤ ਘੱਟ ਪੜ੍ਹੀ ਹੋਊਗੀ, ਠੀਕ ਹੈ। ਇਹ ਐਕਸਾਈਜ਼ ਇੰਸਪੈਕਟਰ ਹਰਿਆਣੇ ਦੇ ਵਿੱਚ ਕੁਸ਼ਚਨ ਆਇਆ ਸੀਗਾ, ਆਰਗਨ 0.93%, ਠੀਕ ਹੈ। ਤਾਂ ਆਰਗ ਐਂ ਪੁੱਛਿਆ ਸੀਗਾ ਵੀ 78% ਤਾਂ ਨਾਈਟ੍ਰੋਜਨ, 21% ਤੁਹਾਡੀ ਯਾਨੀ ਕਿ ਉਹ ਹੋ ਗਿਆ
ਆਕਸੀਜਨ ਹੋ ਗਈ, ਤਾਂ ਉਸ ਤੋਂ ਬਾਅਦ ਜਿਹੜੀ ਰਿਮੇਨਿੰਗ ਰਹਿ ਗਈਆਂ ਉਹਨਾਂ ਵਿੱਚ ਮੈਕਸੀਮਮ ਕਿਹੜੀ ਆ, ਤਾਂ ਉਹਨਾਂ ਵਿੱਚ ਜਿਹੜੀ ਮੈਕਸੀਮਮ ਉਹ ਆਰਗਨ ਆ, ਠੀਕ ਆ, 0.93%। ਇਸ ਤੋਂ ਘੱਟ ਫਿਰ ਛੋਟੇ ਮੋਟੇ ਗੈਸ ਰਹਿੰਦੀ ਆ, ਜੇ ਕਾਰਬਨ ਡਾਈਆਕਸਾਈਡ ਆ ਮੋਸਟ ਇੰਪੋਰਟੈਂਟ ਆ, 0.03% ਇਹ ਪੁੱਛ ਲਿਆ ਜਾਂਦਾ, ਠੀਕ ਹੈ। ਇਸ ਤੋਂ ਇਲਾਵਾ ਜੇ ਗੱਲ ਕਰੀ ਜਾਵੇ ਤਾਂ ਇਸ ਤੋਂ ਇਲਾਵਾ ਕੀ ਰਹਿ ਗਏ, ਜਿਵੇਂ ਕਿ ਵਾਟਰ ਵੇਪਰਸ ਰਹਿ ਗਏ, ਠੀਕ ਹੈ, ਡਸਟ ਪਾਰਟੀਕਲਸ ਰਹਿ ਗਏ, ਆਪਣੇ ਸਮੋਕ ਆ ਗਿਆ, ਠੀਕ ਹੈ, ਧੂੰਆਂ ਯਾਨੀ ਕਿ ਤੁਸੀਂ ਕਹਿ ਲਓ ਸਮੋਕ, ਸਾਲਟ, ਠੀਕ ਹੈ, ਐਂਡ ਅੰਦਰ ਇੰਪਿਓਰਟੀਜ਼ ਜੋ ਵੀ ਆ ਗਈਆਂ, ਠੀਕ ਹੈ, ਅਤੇ ਇਹ ਬਾਕੀ ਐਟਮੋਸਫੀਅਰ ਦੇ ਵਿੱਚ ਅਵੇਲੇਬਲ ਆ। ਬਾਕੀ 78, 21, 0.93, 0.03 ਇੰਪੋਰਟੈਂਟ ਰਹੂਗਾ। ਤਾਂ ਮੋਸਟ ਇੰਪੋਰਟੈਂਟ ਜਿਹੜੇ ਵੀ ਕੁਸ਼ਚਨ ਬਣਦੇ ਸੀਗੇ ਇੱਕ ਤੁਹਾਨੂੰ ਕਰਵਾ ਤੇ, ਅਤੇ ਬਾਕੀ ਥੈਂਕਸ। ਬਾਕੀ ਹੁਣ ਮੈਂ ਨਵੀਂ ਨਵੀਂ ਵੀਡੀਓ ਨਾਲ ਮਿਲਦਾ ਤਾਂ ਰਹੂੰਗਾ, ਬਟ ਤੁਸੀਂ ਆਪਦੀ ਰਿਵੀਜ਼ਨ ਕਰ ਲਓ ਜਿੰਨੀ ਰਿਵੀਜ਼ਨ ਕਰ ਸਕਦੇ ਹੋ, ਵੀਡੀਓ ਨੂੰ ਤੁਸੀਂ ਬ੍ਰੇਕ ਲੈ ਸਕਦੇ ਹੋ। ਹਾਂ, ਤੁਸੀਂ ਪਿਛਲੇ ਜਿਹੜੇ ਕਰੰਟ ਫਿਰ ਮੈਂ ਕਰਵਾਇਆ ਉਹਨਾਂ ਨੂੰ ਵਾਰ ਵਾਰ ਦੇਖੋ, ਉਹਨਾਂ ਨੂੰ ਵਾਰ ਵਾਰ ਰਿਵਾਈਜ਼ ਕਰ ਲਓ, ਠੀਕ ਹੈ। ਤਾਂ ਮੈਂ ਤਾਂ ਹੀ ਵੀਡੀਓ ਘੱਟ ਕੀਤੀ ਹੈ ਕਿਉਂਕਿ ਮੈਨੂੰ ਪਤਾ ਜੇ ਮੈਂ ਵੀਡੀਓ ਪਾਤੇ ਤੁਸੀਂ ਦੇਖੋਗੇ ਜ਼ਰੂਰ, ਤੁਹਾਡਾ ਟਾਈਮ ਵੇਸਟ ਹੋਊਗਾ, ਠੀਕ ਹੈ। ਵੀਡੀਓ ਪਾਊਂ ਜ਼ਰੂਰ, ਬਟ ਮੈਂ ਠੀਕ ਹੈ ਰਿਲੇਟਡ ਪਾਊਂਗਾ, ਬਟ ਤੁਸੀਂ ਫਿਰ ਵੀ ਠੀਕ ਹੈ ਨਾ, ਹੁਣ ਆਪਦੇ ਰਿਵਾਈਜ਼ ਕਰੋ ਜਿੰਨਾ ਰਿਵਾਈਜ਼ ਕਰ ਸਕਦੇ ਹੋ, ਠੀਕ ਹੈ। ਤਾਂ ਥੈਂਕਸ, ਧੰਨਵਾਦ, ਹੋਰ ਨਵੇਂ ਨਵੇਂ ਵੀਡੀਓਜ਼ ਨਾਲ ਮਿਲਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਕਮੈਂਟ ਕਰਕੇ ਦੱਸੋ ਕਿ ਵੀਡੀਓ ਤੁਹਾਨੂੰ ਕਿਵੇਂ ਲੱਗੀ। ਧੰਨਵਾਦ।